ਹਾਂਜੀ ਸਤਿ ਸ੍ਰੀ ਅਕਾਲ ਅੱਜ ਪੀਟ ਪਲੱਸ ਬੀ ਨੇ ਪੇਪਰ ਲਿਆ ਪੰਜਾਬ ਸਕੂਲ ਲਾਇਬ੍ਰੇਰੀਅਨ ਦਾ ਸੋ ਉਹਦੇ ਵਿੱਚੋਂ ਆਪਾਂ ਕੰਪਿਊਟਰ ਦੇ ਕੁਸ਼ਨਾਂ ਦਾ ਐਨਾਲਿਸਿਸ ਕਰਦੇ ਹਾਂ ਆਪਾਂ ਕੰਪਿਊਟਰ ਦੇ ਕੁਸ਼ਨ ਵੀ ਕਰਵਾਏ ਸੀ ਤੇ ਕੁਝ ਕੰਪਿਊਟਰ ਦੇ ਸਿਲੇਬਸ ਦੇ ਵਿੱਚ ਹੀ ਉਹਨੇ ਕੁਝ ਲਾਇਬ੍ਰੇਰੀ ਦਾ ਪੋਰਸ਼ਨ ਵੀ ਦਿੱਤਾ ਹੋਇਆ ਸੀ ਜਿਵੇਂ ਆਰ ਐਫ ਆਈ ਡੀ ਕੋਹਾ ਲਿਬਸਿਸ ਸੋਲ ਵਗੈਰਾ ਹੈ ਨਾ ਸੋ ਬਹੁਤ ਸੌਖੇ ਕੁਸ਼ਨ ਆਏ ਸੀ ਸਟੂਡੈਂਟਸ ਕਾਫੀ ਬੱਚੇ ਖੁਸ਼ ਵੀ ਖੁਸ਼ ਵੀ ਨੇ ਮੈਨੂੰ ਮੈਸੇਜ ਆਇਆ ਸਾਰਿਆਂ ਦੇ ਕਿ ਪੇਪਰ ਬਹੁਤ ਵਧੀਆ ਹੋਇਆ ਠੀਕ ਹੈ ਸੋ ਆਪਾਂ ਦੇਖਦੇ ਆਂ ਵੀ ਕਿਵੇਂ ਦੇ ਕੁਐਸਚਨ ਉਹਨੇ ਪੁੱਛੇ ਸੀਗੇ ਜਿਵੇਂ ਪਹਿਲਾ ਕੁਐਸਚਨ ਹੈ ਆਇਡੈਂਟੀਫਾਈ ਦੀ ਕਰੈਕਟ ਸੀਕੁਐਂਸ ਇਨ ਅਸੈਂਡਿੰਗ ਆਰਡਰ ਇਨ ਅਸੈਂਡਿੰਗ ਆਰਡਰ ਦਾ ਮਤਲਬ ਸਭ ਤੋਂ ਪਹਿਲਾਂ ਛੋਟਾ ਸਾਈਜ਼ ਫਿਰ ਵੱਡਾ ਸਾਈਜ਼ ਫਿਰ ਵੱਡਾ ਸਾਈਜ਼ ਵਾਧੇ ਕਰਮ ਚ ਲਿਖਣਾ ਸੀ ਸੋ ਇਹ ਕੁਐਸਚਨ ਸੀਗਾ ਬਾਈਟ ਮੈਗਾਬਾਈਟ ਗੀਗਾ ਬਾਈਟ ਟੈਰਾਬਾਈਟ ਇਹ ਮੈਂ ਤੁਹਾਨੂੰ ਕਰਾਇਆ ਹੋਇਆ ਸੀ ਬਿਟ ਤੋਂ ਸ਼ੁਰੂ ਕਰਦੇ ਸੀ ਆਪਾਂ ਬਿਟ ਦੇ ਲਈ ਸਮਾਲ ਵੀ ਯੂਜ਼ ਕਰਦੇ ਆਂ ਇੱਥੇ ਵੀ ਇੱਕ ਕੁਐਸਚਨ ਆਇਆ ਸੀ ਛੋਟਾ ਵੀ ਤੇ ਵੱਡਾ ਵੀ ਲੈਣ ਵਾਲਾ ਠੀਕ ਹੈ ਤੇ ਕੋਸ਼ਿਸ਼ ਸਟੂਡੈਂਟ ਨੇ ਸਿੱਲੀ ਮਿਸਟੇਕ ਵੀ ਕੀਤੀਆਂ ਨੇ ਮੈਂ ਤੁਹਾਨੂੰ ਵਾਰੀ-ਵਾਰੀ ਬੋਲਦਾ ਹੁੰਨਾ ਪੇਪਰ ਦੇ ਵਿੱਚ ਵੀ ਸਾਨੂੰ ਚੀਜ਼ਾਂ ਆਉਂਦੀਆਂ ਵੀ ਹੁੰਦੀਆਂ ਨੇ ਬਸ ਥੋੜੇ ਜਿਹਾ ਫਰਕ ਦੇ ਨਾਲ ਅਸੀਂ ਸਿੱਲੀ ਮਿਸਟੇਕ ਕਰਕੇ ਆਉਨੇ ਆ ਉਹ ਵੀ ਦੱਸੂਗਾ ਵੀ ਸਟੂਡੈਂਟਸ ਨੇ ਸਿੱਲੀ ਮਿਸਟੇਕ ਵੀ ਕੀਤੀਆਂ ਨੇ ਜਿਵੇਂ ਬਿਟ ਫਿਰ ਨਿਬਲ ਫਿਰ ਇਸ ਤੋਂ ਬਾਅਦ ਬਾਈਟ ਹੁੰਦਾ ਫਿਰ ਕਿਲੋਬਾਈਟ ਫਿਰ ਮੈਗਾਬਾਈਟ ਗੀਗਾਬਾਈਟ ਤੇ ਟੈਰਾਬਾਈਟ ਇਸ ਤੋਂ ਬਾਅਦ ਪੈਜ਼ੀ ਵੀ ਹੁੰਦਾ ਉਹ ਦੀ ਚਲੋ ਲੋਡ ਲਈ ਆਪਾਂ ਨੂੰ ਪੈਟਾ ਐਕza ਜੈਟਾ ਤੇ ਯੂਟਾ ਬਾ ਟੈਰਾਬਾਈਟ ਤੱਕ ਹੀ ਪੁੱਛਿਆ ਗਿਆ ਸਭ ਤੋਂ ਛੋਟਾ ਬਿਟ ਬਿਟੇ ਚ ਹੈ ਨਹੀਂ ਬਾਈਟ ਤਾਂ ਸਾਰਿਆਂ ਚ ਬਾਈਟ ਐ ਤੋਂ ਕੁਝ ਨਹੀਂ ਪਤਾ ਲੱਗ ਰਿਹਾ ਬਾਈਟ ਤੋਂ ਬਾਅਦ ਕਿਲੋਬਾਈਟ ਕਿਲੋਬਾਈਟ ਹੈ ਨਹੀਂ ਇਹਦੇ ਵਿੱਚ ਮੈਗਾਬਾਈਟ ਬਾਈਟ ਤੋਂ ਬਾਅਦ ਮੈਗਾਬਾਈਟ ਬਾਈਟ ਮੈਗਾਬਾਈਟ ਕਿਹੜੇ ਚ ਆ ਫਿਰ ਏ ਚ ਹੀ ਬਣਦਾ ਹੈ ਨਾ ਆ ਤਾਂ ਫਿਰ ਗਲਤ ਹੋ ਜਾਣਗੇ ਤਾਂ ਇਹ ਸਟੂਡੈਂਟ ਨੇ ਪਤਾ ਨਹੀਂ ਵੀ ਕਿਉਂ ਲਾਇਆ ਚਲੋ ਹੋ ਜਾਂਦਾ ਹੈ ਹੈਨਾ ਸੋ ਇਹਦਾ ਏ ਆਨਸਰ ਆਉਣਾ ਸੀ ਅਗਲਾ ਕੁਐਸਚਨ ਹੈ ਵਿਚੋਂ ਦੀ ਫਾਲਿੰਗ ਇਜ਼ ਨਾਟ ਨੈਟਵਰਕਿੰਗ ਪ੍ਰੋਟੋਕੋਲ ਤਾਂ اے ਸਟੂਡੈਂਟ ਨੇ ਬਿਲਕੁਲ ਠੀਕ ਲਾਇਆ ਜੈਡ 39.50 ਇਹ ਨੈਟਵਰਕਿੰਗ ਪ੍ਰੋਟੋਕੋਲ ਨਹੀਂ ਹੈ ਐਚਟੀਟੀਪ ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਐਸਐਮਟੀਪ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਤੇ ਟੀਸੀਪੀਆਈਪੀ ਤਾਂ ਮਾਡਲ ਹੈ ਪੂਰਾ ਨੈਟਵਰਕ ਦਾ ਹਨਾ ਸੋ ਨੈਟਵਰਕ ਦੇ ਵਿੱਚ ਜੇਕਰ ਅਸੀਂ ਵੈਬ ਪੇਜ ਇੱਕ ਸਰਵਰ ਤੋਂ ਯੂਜ਼ਰ ਤੱਕ ਲੈ ਕੇ ਆਉਣੇ ਨੇ ਤਾਂ ਐਚਟੀਟੀਪ ਵਰਤਦੇ ਆਂ ਜੇਕਰ ਮੇਲ ਇੱਕ ਸਰਵਰ ਤੋਂ ਦੂਜੇ ਸਰਵਰ ਤੇ ਲੈ ਕੇ ਜਾਣੀ ਹੈ ਜਾਂ ਕੰਪਿਊਟਰ ਤੇ ਤਾਂ ਐਸਐਮਟੀਪੀ ਤੇ ਆਹ ਤਾਂ ਪੂਰੀ ਟੀਸੀਪੀਆਈਪੀ ਦਾ ਪੂਰਾ ਨੈਟਵਰਕ ਕਹਿ ਲੋ ਵੀ ਸੂਟ ਹੈ ਕੋ ਮਾਡਲ ਹੈ ਤਾਂ ਇਹ ਮੈਂ ਕਰਵਾਇਆ ਵੀ ਸੀ ਤੁਹਾਨੂੰ ਜੈ 39.50 ਇਹ ਨੈਟਵਰਕ ਦੀ ਪ੍ਰੋਟੋਕੋਲ ਨਹੀਂ ਹੈ ਇਹ ਕੋਹਾ ਦੇ ਵਿੱਚ ਵਰਤੀ ਜਾਂਦੀ ਪ੍ਰੋਟੋਕੋਲ ਹੈ ਤੇ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਉਹਨੇ ਬਣਾਈ ਸੀ ਇਹ ਉਹਦਾ ਕੁਐਸਚਨ ਵੀ ਆਇਆ ਸੀ ਠੀਕ ਹੈ ਸੋ ਉਹਦਾ ਸੀ ਆਨਸਰ ਬਿਲਕੁਲ ਠੀਕ ਹੈ ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਰਾਜਸਥਾਨ ਵਾਲੇ ਕੁਸ਼ਨ ਦੇ ਵਿੱਚ ਰਾਜਸਥਾਨ ਲਾਇਬ੍ਰੇਰੀਅਨ ਦੇ ਆਪਾਂ ਕੁਸ਼ਨ ਕੀਤੇ ਸੀ ਡਿੱਟੋ ਕੁਸ਼ਨ ਪਾਇਆ ਇਹਨੇ ਇਹਨੂੰ ਬਸ ਚੱਕ ਕੇ ਸੀ ਕਰਤਾ ਇਹਨੂੰ ਡੀ ਕਰਤਾ ਠੀਕ ਆ ਸੋ ਫਾਇਦਾ ਹੋ ਗਿਆ ਆਪਣਾ ਡੀ ਆਨਸਰ ਸੀ ਦਾ ਇਹ ਮੈਂ ਤੁਹਾਨੂੰ ਕਰਵਾਇਆ ਵੀ ਸੀ bz 39.50 ਹੈ ਦਾ ਲਾਇਬ੍ਰੇਰੀ ਆਫ ਕਾਂਗਰਸ ਹੈ ਇਹਨੇ ਬਣਾਈ ਸੀ ਇਹ ਕਾਦੇ ਲਈ ਹੋਇਆ ਇਹ ਫਾਰ ਸਰਚਿੰਗ ਐਂਡ ਡ੍ਰੀਵਿੰਗ ਦੀ ਇਨਫੋਰਮੇਸ਼ਨ ਫਰੋਮ ਡਾਟਾਬੇਸ ਓਵਰ TCP/IP ਕੰਪਿਊਟਰ ਨੈਟਵਰਕ ਠੀਕ ਆ ਸੋ ਆਹ ਕੁਸ਼ਨ ਹੈ ਅਨੈਕਸਟ ਕੁਐਸਚਨ ਠੀਕ ਹੈ ਐਮਬੀਪੀਐਸ ਸਟੈਂਡਸ ਫੋਰ ਦੇਖੋ ਜੇ ਆਪਾਂ ਨੂੰ ਪੁੱਛ ਲੈਂਦਾ ਐਮਬੀਪੀਐਸ ਤੇ ਐਮਬੀਪੀਐਸ ਦੋਨਾਂ 'ਚ ਫਰਕ ਹੈ ਦੇਖੋ ਇੱਕ ਸਟੂਡੈਂਟ ਨੇ ਇਸ ਲਈ ਮਿਸਟੇਕ ਕੀਤੀ ਹੈ ਮੈਨੂੰ ਲੱਗਦਾ ਬੀ ਲ ਆਇਆ ਜੇ ਵੱਡਾ ਬੀ ਆ ਜੇ ਵੱਡੇ ਬੀ ਦਾ ਮਤਲਬ ਹੁੰਦਾ ਬਾਈਟ ਤੇ ਛੋਟੇ ਬੀ ਦਾ ਮਤਲਬ ਹੁੰਦਾ ਬਿਟ ਠੀਕ ਹੈ ਜੇ ਲਾਇਬ੍ਰੇਰੀ ਵਾਲਿਆਂ ਤੋਂ ਬਿਨਾਂ ਕੋਈ ਸਟੂਡੈਂਟਸ ਪੇਪਰ ਦੇਖ ਰਹੇ ਨੇ ਜਾਂ ਲਾਇਬ੍ਰੇਰੀ ਤੁਸੀਂ ਹੋਰ ਪੇਪਰ ਦੇਣੇ ਨੇ ਤਾਂ ਧਿਆਨ ਨਾਲ ਖੁਦ ਨਾ ਜੀ ਜਾਂਦਾ ਇਹਨਾਂ ਤੋਂ ਸਿੱਖਣਾ ਹੀ ਹੁੰਦਾ ਆਪਾਂ ਕੋਈ ਗੱਲ ਨਹੀਂ ਗਲਤ ਹੋ ਗਿਆ ਇੱਕ ਅੱਧਾ ਹੋ ਹੀ ਜਾਂਦਾ ਹੁੰਦਾ ਪਰ ਇਹ ਤੋਂ ਸਿੱਖਣਾ ਹੈ ਆਪਾਂ ਜੀਜਾਂ ਤੋਂ ਵੀ ਸਲੀ ਮਿਸਟੇਕ ਤੋਂ ਕਿਵੇਂ ਬਚਣਾ ਤੇ ਜੇ ਹੋਊਗਾ ਇਹ ਤਾਂ ਇੱਥੇ ਹੋਊਗਾ ਮੈਗਾਬਾਈਟ ਪਰ ਸੈਕਿੰਡ ਜੇ ਛੋਟਾ ਵੀ ਹੈ ਤਾਂ ਮੈਗਾ ਬਿਟਸ ਜਾਂ ਬਿਟ ਪਰ ਸੈਕਿੰਡ ਤਾਂ ਮੈਗਾਬਾਈਟ ਤਾਂ ਨਹੀਂ ਆਊਗਾ ਮਾਈਕਰੋ ਵੀ ਨਹੀਂ ਹੁੰਦਾ ਮਾਈਕਰੋ ਵੀ ਨਹੀਂ ਹੁੰਦਾ ਤਾਂ ਫਿਰ ਮੈਗਾ ਬਿਟਸ ਪਰ ਸੈਕਿੰਡ ਇਹ ਅਨਸਰ ਆਉਣਾ ਸੀ ਠੀਕ ਹੈ ਚਲੋ ਕੋਈ ਗੱਲ ਨਹੀਂ ਸਟੂਡੈਂਟ ਨੂੰ ਬੁਰਾ ਲੱਗ ਰਿਹਾ ਹੋਣਾ ਜਿੰਨਾਂ ਦਾ ਪੇਪਰ ਆ ਇਹ ਕੋਈ ਗੱਲ ਨਹੀਂ ਕੱਦਾ ਹੋ ਜਾਂਦਾ ਹੁੰਦਾ ਠੀਕ ਹੈ ਏ ਠੀਕ ਹੈ ਤੁਹਾਡਾ স্মੋਲੇਸਟ ਯੂਨਿਟ ਟੂ ਮੈਜ਼ਰ ਦੀ ਡੇਟਾ ਜੇ ਮੈਂ ਆਪਾਂ ਪਿੱਛੇ ਕਰਕੇ ਗਏ ਆ ਹਨਾ ਸੋ ਉਹਦੇ ਨਾਲ ਦਾ ਹੀ ਇਹ ਹੋਰ ਪੁੱਛ ਲਿਆ স্মੋਲੇਸਟ ਹੁੰਦਾ ਹੈ ਬਿਟ ਤਾਂ ਏ ਆਨਸਰ ਬਿਲਕੁਲ ਠੀਕ ਆ ਪੰਜਵਾਂ ਕੁਐਸਚਨ ਹੈ ਦੀ ਟਰਮ ਹਾਈਪਰਟੈਕਸਟ ਬਾਸ ਕੋਇਨਡ ਬਾਈ ਇਹ ਆਪਾਂ ਕਰਾਇਆ ਸੀ ਟਿਮ ਬਰਨਰਲੀ ਨਹੀਂ ਸੀਗਾ ਤੇ ਬਾਕੀ ਵੀ ਨਹੀਂ ਸੀਗਾ ਟੈਡ ਨੈਲਸਨ ਸੀਗਾ ਬੀ ਆਨਸਰ ਬਿਲਕੁਲ ਠੀਕ ਹੈ ਇਹ ਮੈਂ ਕਰਵਾਇਆ ਵੀ ਹੋਇਆ ਕਿਸੇ ਵੀਡੀਓ ਚ ਮੈਨੂੰ ਯਾਦ ਨਹੀਂ ਟੈਡ ਨੈਲਸਨ ਨੇ ਕੀਤੀ ਸੀ 1965 ਦੇ ਵਿੱਚ ਠੀਕ ਆ ਫੁੱਲ ਫਾਰਮ ਆਫ ਆਈਐਸਬੀਡੀ ਇਹ ਵੀ ਆਪਾਂ ਕਰਾਈ ਸੀ ਇੱਥੇ ਵੀ ਸਟੂਡੈਂਟ ਨੇ ਗਲਤ ਲਾਈ ਹੋਈ ਹੈ ਪਤਾ ਨਹੀਂ ਕਿਉਂ ਇਹ ਲਾਈ ਹੋਈ ਹੈ ਇੰਟਰਨੈਸ਼ਨਲ ਸਟੈਂਡਰਡ ਬਿਬਲੀਓਗ੍ਰਾਫਿਕ ਡਿਸਕ੍ਰਿਪਸ਼ਨ ਡੀ ਆਨਸਰ ਸੀ ਦਾ ਮੈਂ ਕਰਾਇਆ ਹੋਇਆ ਸੀ ਆਈਐਸਬੀਡੀ ਤੇ ਆਈਐਸਬੀਐਨ ਵੈਸੇ ਥੋੜੇ ਸਬਜੈਕਟ ਦਾ ਟਾਪਿਕ ਸੀ ਇਹ ਮੈਂ ਵੈਸੀ ਕਿਉਂਕਿ ਆਈਐਸਬੀਐਨ ਦਾ ਆਪਾਂ ਕਰ ਰਹੇ ਸੀ ਆਈਐਸਬੀਡੀ ਮੈਂ ਤੁਹਾਨੂੰ ਵੈਸੀ ਹੀ ਦੱਸਤਾ ਸੀ ਇੰਟਰਨੈਸ਼ਨਲ ਸਟੈਂਡਰਡ ਬਿਬਲੀਓਗ੍ਰਾਫਿਕ ਡਿਸਕ੍ਰਿਪਸ਼ਨ ਜਿਨ੍ਹਾਂ ਨੇ ਵੀਡੀਓ ਦੇਖੀ ਹੋ ਉਹਨਾਂ ਦਾ ਠੀਕ ਹੋਊਗਾ ਆਰ ਡੀਏ ਦਾ ਵੀ ਮੈਂ ਕਰਾਇਆ ਸੀ ਆਪਾਂ ਭੁੱਲ ਗਏ ਸੀ ਵਿਜਦੀ ਪਿੱਛੇ ਜਾ ਕੇ ਆਪਾਂ ਦੇਖਿਆ ਸੀ ਤੁਸੀਂ ਸਟੂਡੈਂਟ ਨੇ ਕਮੈਂਟ ਵੀ ਕੀਤੇ ਸੀ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਤਾਂ ਇਹ ਤੁਹਾਡਾ ਠੀਕ ਹੈ ਬਿਲਕੁਲ ਠੀਕ ਆ ਅਗਲਾ ਆਈ ਐਲ ਐਮ ਐਸ ਤੇ ਮੈਂ ਤੁਹਾਨੂੰ ਕਰਾਇਆ ਸੀ ਆਈ ਐਲ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਜਾਂ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਤੇ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਤਾਂ ਉਹਨੇ ILMS ਪਾਤਾ ਤਾਂ ਇੰਟੀਗ੍ਰੇਟਿਡ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਆਉਣਾ ਸੀ ਬਟ ਉਹਨੇ ਸੌਫਟਵੇਅਰ ਪਾਇਆ ਚਲੋ ਕੋਈ ਗੱਲ ਨਹੀਂ ਉਹਨੇ ਸਾਰਿਆਂ ਜੀ ਸੌਫਟਵੇਅਰ ਪਾਇਆ ਤਾਂ ਫਿਰ ਆਪਾਂ ਨੂੰ ਬੀ ਲਾਉਣਾ ਹੀ ਪਊਗਾ ਹਨਾ ਬੀ ਬਿਲਕੁਲ ਠੀਕ ਆ ਅਗਲਾ O ਪੈ ਕੇ ਵੀ ਤੁਹਾਨੂੰ ਕਰਵਾਇਆ ਸੀ ਮੈਂ ਹਨਾ ਐਬ੍ਰਿਵੀਏਸ਼ਨਾਂ ਦੇ ਵਿੱਚ ਆਨਲਾਈਨ ਪਬਲਿਕ ਐਕਸੈਸ ਕੈਟਾਲਾਗ ਬਿਲਕੁਲ ਠੀਕ ਹੈ ਇਹ O ਪੈ ਕੇ ਤੁਹਾਨੂੰ ਦੱਸਿਆ ਸੀ ਆਨਲਾਈਨ ਪਬਲਿਕ ਕੈਟ ਆਨਲਾਈਨ ਪਬਲਿਕ ਐਕਸੈਸ ਕੈਟਾਲਾਗ ਅਗਲਾ ਕੁਐਸਚਨ ਹੈ ਕੋਹਾ ਬਾਸ ਡਿਵੈਲਪਡ ਐਟ ਕੋਹਾ ਕਿੱਥੇ ਬਣਿਆ ਸੀ ਏ ਸੀਗਾ ਕੈਟਿਪੋ ਕਮਿਊਨੀਕੇਸ਼ਨ ਲਿਮਟਿਡ ਨਿਊਜ਼ੀਲੈਂਡ ਦੇ ਵਿੱਚ ਇਹ ਵੀ ਮੈਂ ਤੁਹਾਨੂੰ ਕਰਵਾਇਆ ਸੀ ਬਟ ਮੈਂ ਇੱਥੇ ਥੋੜਾ ਜਿਆਦਾ ਬੋਲਦਾ ਸੀ ਵੀ ਕੈਟਿਪੋ ਕੋਈ ਬੰਦਾ ਸੀ ਸੋ ਮੈਨੂੰ ਕਿਸੇ ਸਟੂਡੈਂਟ ਨੇ ਦੱਸਿਆ ਵੀ ਕਿਸੇ ਤੁਹਾਡੇ ਚੋਂ ਹੀ ਵੀ ਇਹ ਕੈਟਿਪੋ ਬੰਦਾ ਨਹੀਂ ਸੀਗਾ ਇਹ ਕੋਈ ਕੰਪਨੀ ਸੀ ਠੀਕ ਹੈ ਉਹ ਕਹਿੰਦਾ ਵੀ ਮੈਂ ਇਹਨੂੰ ਐ ਲੱਗਿਆ ਵੀ ਕਮੈਂਟ ਕਾਹਨੂੰ ਕਰਨਾ ਤਾਂ ਕੋਈ ਦਿੱਕਤ ਨਹੀਂ ਆਪਾਂ ਸਿੱਖਣ ਨੂੰ ਹੀ ਬੈਠੇ ਆ ਮੈਂ ਇਹ ਮੰਨ ਕੇ ਨਹੀਂ ਚੱਲਦਾ ਵੀ ਮੈਨੂੰ ਸਾਰਾ ਕੁਝ ਪਤਾ ਤਾਂ ਤੁਸੀਂ سپورਟ ਕਰੋਗੇ ਦੱਸੋਗੇ ਫੇਰ ਹੀ ਆਪਾਂ ਨੂੰ ਪਤਾ ਲੱਗੂ ਠੀਕ ਹੈ ਮੈਨੂੰ ਇਸ ਚੀਜ਼ ਦਾ ਬੁਰਾ ਨਹੀਂ ਲੱਗਦਾ ਹਾਂ ਜੇ ਆਪਾਂ ਕਮੈਂਟ ਹੀ ਇਸ ਤਰ੍ਹਾਂ ਕਰਦੇ ਆਂ ਵੀ ਯਾਰ ਗਲਤ ਕਰਾਈ ਨਾ ਐਵੇਂ ਕਰਾਈ ਨਾ ਇਹ ਕਰਾਈ ਨਾ ਉਹ ਕਰਾਈ ਨਾ ਉੱਥੇ ਤਾਂ ਸ਼ਾਇਦ ਬੰਦੇ ਨੂੰ ਬੁਰਾ ਲੱਗ ਜਾਂਦਾ ਪਰ ਇੱਕ ਸਲੀਕੇ ਦੇ ਨਾਲ ਪੜ੍ਹੇ ਲਿਖਿਆਂ ਵਾਲੀ ਲੈਂਗੁਏਜ ਦੇ ਨਾਲ ਤਰਕ ਤਾਂ ਕਰਨਾ ਹੀ ਚਾਹੀਦਾ ਹੈ ਨਾ ਜੇ ਮੈਂ ਕੁਝ ਗਲਤ ਵੀ ਕਰਾ ਰਿਹਾ ਸੋ ਬਟ ਆਪਣੀ ਇਨਫੋਰਮੇਸ਼ਨ ਬਿਲਕੁਲ ਠੀਕ ਸੀ ਮੈਂ ਉੱਥੇ ਕਮੈਂਟ ਵੀ ਕਰਤਾ ਸੀ ਕੱਲ ਜਦੋਂ ਸਟੂਡੈਂਟ ਨੇ ਦੱਸਿਆ ਸੀ ਉਸ ਵੀਡੀਓ ਦੇ ਥੱਲੇ ਵੀ ਇਟਸ ਨਾਟ ਅ ਪਰਸਨ ਇਟਸ ਕੰਪਨੀ ਸੋ ਬੀ ਬਿਲਕੁਲ ਠੀਕ ਆ ਦੇਖੋ ਕੈਟੀਪੋ ਨਿਊਜ਼ੀਲੈਂਡ ਆਪਣਾ ਠੀਕ ਹੈ ਇਹ ਅਗਲਾ ਸੀਗਾ RFID ਸਿਸਟਮ ਕੰਸਿਸਟ ਆਫ ਕਹਿੰਦਾ ਕਾਦਾ ਬਣਿਆ ਹੁੰਦਾ ਇਹ ਐਂਟੀਨਾ ਟਰਾਂਸਿਵਰ ਦੇ ਟਰਾਂਸਪੌਂਡਰ ਮਾਈਕਰੋਚਿਪ ਬੈਟਰੀ ਦੀ ਐਂਟੀਨਾ ਆਰਐਫਆਈਡੀ ਲੇਬਲ ਪ੍ਰਿੰਟਰ ਸਰਵਰ ਐਂਡ ਐਕਸਟਰਨਲ ਬੁੱਕ ਰਿਟਰਨ ਆ ਤਾਂ ਨਹੀਂ ਹੁੰਦੇ ਦੋਨੇ ਮਾਈਕਰੋਵੇਵ ਪੈਕੇਜ ਐਂਟੀਨਾ ਆ ਤਾਂ ਦੋਨੇ ਨਹੀਂ ਹੁੰਦੇ ਹੈਨਾ ਪਹਿਲੇ ਦੋ ਦੇ ਵਿੱਚੋਂ ਕਨਫਿਊਜ਼ਨ ਹੈ ਦੇਖੋ ਐਂਟੀਨਾ ਵੀ ਹੁੰਦਾ ਜਿਵੇਂ ਆਪਾਂ ਸਾ ਡਾਇਗਰਾਮ ਮੈਂ ਇਹ ਡਾਇਗਰਾਮ ਨਹੀਂ ਕਰਾਈ ਸੀ ਆਪਾਂ ਦੂਜੀ ਡਾਇਗਰਾਮ ਕੀਤੀ ਸੀ ਆਰਐਫਆਈਡੀ ਰੀਡਰ ਹੁੰਦਾ ਐਂਟੀਨਾ ਹੁੰਦਾ ਐਂਟੀਨੇ ਦੇ ਵਿੱਚੋਂ ਰੇਂਜ ਜਾਂਦੀ ਹੈ ਤੋ ਟੈਗ ਦੇ ਵਿੱਚੋਂ ਟੈਗ ਤੇ ਜਿਹਨੂੰ ਲਾਈਟ ਪੈਂਦੀ ਹੈਗੇ ਟੈਗ ਆਪਾਂ ਨੂੰ ਪਤਾ ਦੋ ਤਰ੍ਹਾਂ ਦੇ ਸੀ ਤਿੰਨ ਤਰ੍ਹਾਂ ਦੇ ਐਕਟਿਵ ਟੈਗ ਪੈਸਿਵ ਟੈਗ ਤੇ ਸੈਮੀ ਸੈਮੀ ਆਪਾਂ ਪੈਸਿਵ ਦੀ ਗੱਲ ਕੀਤੀ ਸੀ ਠੀਕ ਆ ਸੋ ਜਿਹੜੀ ਉਹ ਗੱਲ ਕਰਦਾ ਐਂਟੀਨਾ ਦੀ ਐਂਟੀਨਾ ਤਾਂ ਹੁੰਦਾ ਬਿਲਕੁਲ ਠੀਕ ਹੈ ਇਹਦੇ ਵਿੱਚ ਵੀ ਇਹ ਦੋਨੋਂ ਠੀਕ ਨੇ ਟਰਾਂਸੀਵਰ ਟਰਾਂਸੀਵਰ ਕੀ ਹੁੰਦਾ ਜਿਹੜਾ ਟਰਾਂਸਮਿਟ ਵੀ ਕਰਦਾ ਆਹ ਵਾਲਾ ਰੀਡਰ ਹੈ ਜਿਹੜਾ ਇਹ ਪਹਿਲਾਂ ਤਾਂ ਟ੍ਰਾਂਸਮਿਟ ਕਰੂਗਾ ਬਾਅਦ ਚ ਇਥੋਂ ਵੇਵ ਆਉਣ ਜਾਂ ਰਿਸੀਵ ਕਰੂਗਾ ਟ੍ਰਾਂਸਵੀਵਰ ਹੁੰਦਾ ਜਿਹੜਾ ਟ੍ਰਾਂਸਮਿਟ ਕਰਦਾ ਤੇ ਰਿਸੀਵ ਕਰਦਾ ਤਾਂ ਇਹ ਵੀ ਗੱਲ ਠੀਕ ਹੋ ਗਈ ਤਾਂ ਟ੍ਰਾਂਸਵੀਵਰ ਵੀ ਠੀਕ ਹੋ ਗਿਆ ਤੇ ਟ੍ਰਾਂਸਪੌਂਡਰ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਟ੍ਰਾਂਸਪੌਂਡਰ ਹੁੰਦਾ ਇੱਕ ਬੀਕਨਸ ਹੁੰਦਾ ਟ੍ਰਾਂਸਪੌਂਡਰ ਤੇ ਜਦੋਂ ਹੀ ਆਪਾਂ ਇਹ ਰੇਜ਼ ਪੈਂਦੀਆਂ ਨੇ ਰੇਡੀਓ ਵੇਵਸ ਉਹ ਰਿਪਲਾਈ ਬੈਕ ਕਰਦਾ ਤਾਂ ਟ੍ਰਾਂਸਪੌਂਡਰ ਵੀ ਹੋ ਗਿਆ ਬਟ ਬੈਟਰੀ ਮਾਈਕਰੋ ਚਿਪ ਵੀ ਹੁੰਦੀ ਹੈ ਜਿੱਥੇ ਡਾਟਾ ਸਟੋਰ ਹੁੰਦਾ ਹੈ ਤੇ ਬੈਟਰੀ ਬਾਰੇ ਆਪਾਂ ਖੁੱਲਕੇ ਨਹੀਂ ਕਹਿ ਸਕਦੇ ਕਿਉਂਕਿ ਬੈਟਰੀ ਤਾਂ ਜੇ ਆਪਣੇ ਕੋਲੇ ਅੱਗੇ ਉਹ ਆਰ ਐਫ ਆਈ ਡੀ ਪੈਸਿਵ ਹੈ ਤਾਂ ਬੈਟਰੀ ਨਹੀਂ ਹੋਊਗੀ ਜੇ ਐਕਟਿਵ ਹੈ ਤਾਂ ਬੈਟਰੀ ਹੋਊਗੀ ਤਾਂ ਕਰਕੇ ਮੇਰੇ ਅਕੋਰਡਿੰਗ ਮੈਨੂੰ ਇਹ ਲੱਗਦਾ ਵੀ ਬੀ ਆਨਸਰ ਨਹੀਂ ਹੈਗਾ ਇਹਦਾ ਆਨਸਰ ਏ ਹੈ ਤੇ ਬਾਕੀ ਤੁਸੀਂ ਜ਼ਿਆਦਾ ਡਿਟੇਲ ਚ ਪੜਿਆ ਪੜਿਆ ਆਰ ਐਫ ਆਈ ਡੀ ਤੁਹਾਡੇ ਸਬਜੈਕਟ ਦੇ ਵਿੱਚ ਹੈ ਲਾਈਬ੍ਰੇਰੀ ਦੇ ਵਿੱਚ ਤੁਸੀਂ ਵਰਤਦੇ ਹੋ ਹਨ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਨਹੀਂ ਤਾਂ ਆਪਾਂ ਫਿਰ ਆਨਸਰ ਕੀ ਦੀ ਵੇਟ ਕਰ ਲਾਂਗੇ ਪਰ ਅਕੋਰਡਿੰਗ ਟੂ ਬੈਸਟ ਆਫ ਮਾਈ ਨੋਲੇਜ ਆਨਸਰ ਸ਼ੁੱਡ ਬੀ ਏ ਠੀਕ ਹੈ ਸੋ ਏ ਵੀ ਬਹੁਤ ਵਧੀਆ ਕੁਐਸਚਨ ਸੀਗਾ ਕਹਿੰਦਾ ਲਾਰਜੈਸਟ ਲਾਈਬ੍ਰੇਰੀ ਆਫ ਦਾ ਵਰਲਡ ਇਹ ਮੈਂ ਤੁਹਾਨੂੰ ਦੱਸਿਆ ਸੀ ਬਿਲਕੁਲ ਠੀਕ ਲਾਇਆ ਤੁਸੀਂ ਲਾਈਬ੍ਰੇਰੀ ਆਫ ਕਾਂਗਰਸ ਤੁਹਾਨੂੰ ਵੀ ਪਤਾ ਹੀ ਹੋਣਾ ਤੁਹਾਡਾ ਮੇਨ ਸਬਜੈਕਟ ਹੈ ਇਹ ਤਾਂ ਚਲੋ ਗੱਲਾਂ ਪਤਾ ਹੀ ਹੁੰਦੀਆਂ ਨੇ ਸੋ ਇਹ ਮੈਂ ਤੁਹਾਨੂੰ ਕਰਵਾਇਆ ਸੀ ਫੋਟੋਆਂ ਵੀ ਪਾਈਆਂ ਸੀ ਆਪਾਂ ਸੋ ਇਹ ਸੀਗਾ ਤੁਹਾਡਾ ਪੇਪਰ ਦਾ ਅਨਾਲਿਸਿਸ ਬਹੁਤ ਸੌਖੇ ਕੁਐਸਚਨ ਸੀਗੇ ਆਈ ਹੋਪ ਕਿ ਤੁਹਾਡਾ ਬਾਕੀ ਵੀ ਵਧੀਆ ਹੋਇਆ ਹੋਊਗਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕਿੰਨੇ ਨੰਬਰ ਬਣਦੇ ਨੇ ਕਿੰਨੇ ਠੀਕ ਨੇ ਕਿੰਨੇ ਗਲਤ ਨੇ ਠੀਕ ਹੈ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਥੈਂਕ ਯੂ